किसान वीरो अज जी वीडियो बना रहे हैं पेंड अजैत गैल ये भी फरीदकोट जिले का पेंड है, जैतो तहसील है, तो जैतो के नेड़ ही रह जाता। कोटकपुरे तो जैतो में जाना हो मेन रोड तो 1 किलोमीटर छिपदे वाले पासे नू पेंड है। इस घर च भी वीर पशु जिहड़े ओह विकरी वाले लै आउंदा। अज दो गावां दी वीडियो है दोस्तों, जिहदे च सामने गां तुसीं देख रहे हो ताजी सूई भी है, बच्चे का नाड़ूआ नाल है, एक तोकड़ गां। सो इन्हां बारे आपां डिटेल वीर तो पुछदे हां, वीडियो नेट तक देखो, जिहनूं इन्हां दोवां चों जिहड़ी गां चंगी लगू आपदी तसल्ली नाल तुसीं खरीद लिओ। ਬਈ ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੀ ਵੀਰ ਆਪਦਾ? ਜਗਦੀਪ ਸਿੰਘ, ਸਾਨੂੰ ਅੰਗਰੇਜ਼ ਸਿੰਘ ਜ਼ਿਲ੍ਹਾ ਫਰੀਦਕੋਟ। ਠੀਕ ਹੈ ਜਗਦੀਪ ਬਾਈ, ਜਿਹੜੀ ਇਹ ਕਾਲੀ ਗਾਂ ਕਿੰਨਾ ਕੁ ਚਿਰ ਹੋ ਗਿਆ ਇਹਨੂੰ ਸੂਈ ਨੂੰ? ਇਹਨੂੰ ਹੋ ਗਏ ਬਈ 5-6 ਮਹੀਨੇ ਹੋ ਗਏ। 5 ਮਹੀਨੇ ਹੋ ਗਏ, ਗੱਬਨ ਨਹੀਂ ਹੋਈ ਇਹ? ਗੱਬਨ ਬਈ 1.5 ਮਹੀਨਾ ਹੋ ਗਿਆ ਜੀ ਕਰਾਈ ਨੂੰ, ਆਪਾਂ ਖਾਲੀ ਕਹਿ ਕੇ ਦੇਵਾਂਗੇ। ਜਾਨੀ ਹਜੇ ਚੈੱਕ ਨਹੀਂ ਕਰਾਈ? ਹਾਂਜੀ ਚੈੱਕ ਚ ਆਉਂਦੀ ਨਹੀਂ, ਫਿਰ 1.5 ਮਹੀਨਾ ਹੋਇਆ ਨਾ ਬੀਜੀ ਹਜੇ। ਠੀਕ ਹੈ। ਅੱਛਾ ਦੁੱਧ ਹੁਣ ਕਿੰਨਾ ਕੁ ਦਿੰਦੀ? ਦੁੱਧ ਬਈ ਇਹਦੇ 12 ਲੀਟਰ ਹੈਗਾ। 12 ਲੀਟਰ ਦੋਵਾਂ ਟਾਈਮਾਂ ਦਾ ਹੈਗਾ। ਕੀ ਰੇਟ ਰੱਖਿਆ ਇਹਦਾ? ਰੇਟ ਬਈ ਇਹਦਾ ਫੋਨ ਤੇ ਕਰ ਲਾਂਗੇ ਆਪਾਂ। ਫੋਨ ਤੇ ਦੱਸਾਂਗੇ। ਖੋਲੀ ਹਿੰਦ ਤੋਰੀ ਬਈ। ਦੋਸਤੋ 1.5 ਮਹੀਨਾ ਹੋਇਆ ਬਾਈ ਦੱਸਦਾ ਇਹਦੀ AI ਹੋਈ ਨੂੰ, ਪਰ ਚੈੱਕ ਨਹੀਂ ਕਰਾਈ। ਖਾਲੀ ਦੇ ਹਿਸਾਬ ਤੇ ਹੀ ਸੌਦਾ ਹੋਊਗਾ, ਖਾਲੀ ਸਮਝ ਕੇ ਸੌਦਾ ਕਰ ਲਿਓ। ਗੱਬਣ ਨਿਕਲਦੀ ਹੈ ਤਾਂ ਤੁਹਾਡੀ ਕਿਸਮਤ ਹੈ, ਨਹੀਂ ਤਾਂ ਦੁਬਾਰਾ ਗੱਬਣ ਇਹਨੂੰ ਕਰਾ ਲਿਓ ਜੀ। ਢਾਂਚਾ ਵੱਡਾ ਹੈ, ਥਣ ਇਹਦੇ ਬਿੱਥੀਆਂ 'ਤੇ ਹੈ ਅਤੇ ਹਵਾਨੇ ਦੇ ਉੱਤੇ ਨਾੜਾਂ ਵੀ ਦਿਸਦੀਆਂ। ਸੋ ਦੁੱਧ ਇਸ ਟਾਈਮ 12 ਕੁ ਲੀਟਰ ਦੇ ਰਹੀ ਹੈ। 5 ਮਹੀਨੇ ਬਾਈ ਦੱਸਦਾ ਵੀ ਸੂਈ ਨੂੰ ਇਹਨੂੰ ਹੋ ਗਏ ਆ। ਸੋ ਇਹ ਪਹਿਲੇ ਨੰਬਰ 'ਤੇ ਗਾਂ ਜਿਹੜੀ ਵਿਕਾਊ ਆ, ਹਵਾਨੇ 'ਤੇ ਮੈਂ ਨਾੜਾਂ ਕਹੀਆਂ ਸੀ ਤਾਂ ਉਹ ਤੁਹਾਨੂੰ ਦਿਖਾ ਵੀ ਦਿੰਦਾ। ਦੱਸੋ ਦੇਖੋਗੇ ਢਾਂਚੇ ਵੱਡੇ ਦੀ ਹੈ। ਜਗਦੀਪ ਇਹ ਗਾਂ ਕਹਿੰਦਾ ਸੂਆ ਸੂਈ ਹੋਊਗੀ ਬਾਈ ਜੀ? ਇਹ ਚੌਥੇ ਸੂਏ ਆਪਣੇ ਕੋਲ ਸੂਈ ਸੀਗੀ, ਚੌਥਾ ਸੂਆ ਸੂਈ ਇਹਦਾ। 40-42 ਲੀਟਰ ਆਪਾਂ ਦੁੱਧ ਕੱਢਿਆ। ਅੱਛਾ, ਇਹ ਬਿਮਾਰੀ 'ਚ ਆਉਣ ਕਰਕੇ ਦੁੱਧ ਘੱਟ ਗਈ। ਅੱਛਾ, ਬਿਮਾਰੀ 'ਚ ਆ ਗਈ ਸੀ ਉਹਦੇ ਕਰਕੇ? ਬਿਮਾਰੀ 'ਚ ਆ ਗਈ ਤਾਂ ਦੁੱਧ ਘੱਟ ਗਈ ਸੀਗੀ, 20-22 ਲੀਟਰ ਦੁੱਧ ਦੇ ਰਹੀ ਸੀ ਖੁੱਲ੍ਹਾ। ਠੀਕ ਹੈ, ਹੁਣ ਇਹ 12 ਲੀਟਰ ਹੁਣ ਸਹੀ ਹੈ ਜਮਾ? ਬਿਲਕੁਲ ਸਹੀ ਹੈ ਬਾਈ ਜੀ, ਪ੍ਰੋਪਰ ਪੱਠੇ ਪੁੱਠਾ ਪੂਰਾ ਖਾ ਰਹੀ ਹੈ, ਉੱਦਾਂ ਦੀ ਕੋਈ ਗੱਲਬਾਤ ਨਹੀਂ। ਠੀਕ ਹੈ ਦੋਸਤੋ, ਇਹਨੂੰ ਬਿਮਾਰੀ ਮੂੰਹ ਖੁਰ ਵਾਲੀ ਜਿਹੜੀ ਉਹ ਆ ਗਈ ਸੀ, 40-42 ਕਿਲੋ ਦੁੱਧ ਵਾਲੀ ਗਾਂ ਸੀ ਵੈਸੇ ਸੱਜਰ, ਉਹ ਹੁਣ 12 ਕਿਲੋ ਦੁੱਧ ਹੈ। ਬਿਲਕੁਲ ਸਹੀ ਹੈ, ਵੈਸੇ ਵੈਕਸੀਨੇਸ਼ਨ ਹੋਈ ਵੀ ਹੈ, ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ। ਅੱਗੇ ਇੱਕ ਕ੍ਰੋਸ ਬਰੀਡ 'ਚ ਗਾਂ ਦੇਸੀ ਪੱਖ 'ਚ ਜ਼ਿਆਦਾ, ਇਹ ਵੀ ਵਿਕਾਊਗਾ। ਜਗਦੀਪ ਇਹ ਕਿੰਨਵਾਂ ਸੂਆ ਬਾਈ? ਇਹ ਬਾਈ ਜੀ ਦੂਜਾ ਸੂਆ ਜੀ। ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ? ਇਹਨੂੰ ਬਾਈ ਜੀ ਹਫ਼ਤਾ ਹੋਇਆ ਮਗਰ ਬੱਚਾ ਇਹਦਾ। ਠੀਕ ਹੈ, ਦੁੱਧ ਹੁਣ ਕਿੰਨਾ ਹੋਊਗਾ? ਦੁੱਧ ਬਾਈ ਜੀ ਇਹਦਾ 12 ਕੁ ਲੀਟਰ, ਥੋੜ੍ਹਾ ਜੀ ਨਹੀਂ ਲਾਇਆ ਇਹਨੇ, ਪੱਠਾ ਪੁੱਠਾ ਇਹ ਪੂਰਾ ਚੱਕਿਆ ਨਹੀਂ, ਦੁੱਧ ਤਾਂ ਹੋਰ ਵੀ ਵੱਧ ਜੂਗੀ। ਠੀਕ ਹੈ, ਇਹਦਾ ਰੇਟ ਕੀ ਰੱਖਿਆ? ਇਹਦਾ ਬਾਈ ਜੀ 38,000 ਰੁਪਈਆ। 38,000 ਤੋਰੀ ਬਾਈ, ਚਵਾਈ 'ਚ ਠੰਡੀ ਹੈ ਬਾਈ? ਬਹੁਤ ਵਧੀਆ। ਠੀਕ ਹੈ, ਬੱਚਾ ਕੀ ਹੈ ਇਹਦੇ ਨਾਲ? ਵੱਛਾ ਬਾਈ ਜੀ। ਠੀਕ ਹੈ ਦੋਸਤੋ, ਬੱਚਾ ਇਹਦੇ ਨਾਲ ਵੱਛਾ ਹੈ, ਮੱਝ ਵਰਗੀ ਚਵਾਈ ਹੈ ਦੁੱਧ ਬਾਈ ਕਹਿੰਦਾ ਵੀ ਮੱਝ ਵਰਗਾ ਇਹਦਾ, ਛੋਟੇ ਕੱਦ ਕਾਟਦੀ ਹੈ। 12 ਲੀਟਰ ਦੁੱਧ ਇਸ ਟਾਈਮ ਤਿਆਰ ਆ, ਹਫ਼ਤੇ ਦੀ ਸੂਈ ਆ, ਬੱਚੇ ਦਾ ਨਾੜੂਆ ਵੀ ਨਾਲ ਆ, ਬਾਕੀ ਜਿਹੜਾ ਵੀਰ ਖਰੀਦਣਾ ਆਊਗਾ ਉਹਨੇ ਵੀ ਦੇਖ ਲੈਣਾ। ਸੋ ਇਹ ਦੂਜਾ ਸੂਆ ਵੈੜ ਆ, ਜਿਹੜੀ ਦੱਸੋ ਦੇਸੀ ਗਾਂ ਜਿਹੜਾ ਵੀਰ ਖਰੀਦਣਾ ਚਾਹੁੰਦਾ ਉਹਦੇ ਵਾਸਤੇ। ਸੋ ਥਣ ਸੋਹਣੇ ਆ ਦੋਸਤੋ, ਮੁੱਠੀ ਦੀ ਚਵਾਈ ਵਾਲੇ ਆ, 12 ਲੀਟਰ ਦੇ ਹਿਸਾਬ 'ਤੇ ਹਵਾਨਾ ਵੀ ਜਿਹੜਾ ਉਹ ਉਸ ਹਿਸਾਬ 'ਤੇ ਦਿਖਾਉਂਦੀ ਹੈ, ਛੋਟੇ ਕੱਦ ਕਾਟਦੀ ਹੈ, ਬਾਕੀ ਸਟਰਕਚਰ ਤੋਂ ਤੁਸੀਂ ਆਈਡੀਆ ਆਪ ਲਾ ਵੀ ਸਕਦੇ ਹੋ। ਇਹਦੇ ਨਾਲ ਬੱਚਾ ਮੇਲ ਕਾਫ ਹੈ, ਇਹ ਬੱਚਾ ਇਸ ਗਾਂ ਦਾ, 1 ਹਫ਼ਤਾ ਹੋਇਆ ਦੋਸਤੋ ਸੂਈ ਨੂੰ। ਸੋ ਇਹ 2 ਨਾਗ ਦੋਸਤੋ ਵਿਕਰੀ ਵਾਲੇ ਆ, ਜਿਹੜਾ ਵੀਰ ਪਸੰਦ ਕਰੇ, ਜਿਹੜਾ ਪਸ਼ੂ ਚੰਗਾ ਲੱਗੇ, ਤਸੱਲੀ ਆ ਕੇ ਕਰਨੀ ਆ ਅਤੇ ਆਪਦੀ ਤਸੱਲੀ ਨਾਲ ਤੁਸੀਂ ਖਰੀਦ ਲਿਓ। ਨੰਬਰ ਵੀਰ ਦਾ ਜਿਹੜਾ ਉਹ ਸਕਰੀਨ ਉੱਤੇ ਲੱਗਾ। ਧੰਨਵਾਦ ਵੀਡੀਓ ਦੇਖਣ ਲਈ।